मानयोग पंजाब ते हरियाणा हाई कोर्ट का एक बहुत ही महत्वपूर्ण निर्णय आया है। जदों पंजाब सरकार वालों एक माइनिंग पॉलिसी जिहड़ी बनाई गई सी उसनू रद्द कर दिता गया है। देखो एक बड़ी ही महत्वपूर्ण यह गल है कि यह पंजाब की सरकार जिहड़ी अपने आप नू कट्टर ईमानदार होने का दावा करती है ਉਹਦੇ ਤੇ ਕੋਰਟ ਨੇ ਵੀ ਬਹੁਤ ਵੱਡਾ ਪ੍ਰਸ਼ਨ ਖੜਾ ਕੀਤਾ ਹੈਗਾ। ਉਹਦੇ ਤੇ ਕੋਰਟ ਨੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਗਾਤਾ ਹੈਗਾ। ਸੋ ਆਪਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਿੱਦਾਂ ਦੀਆਂ ਪਾਲਿਸੀਆਂ ਸਰਕਾਰ ਬਣਾ ਰਹੀ ਹੈ ਉਹ ਪਾਲਿਸੀਆਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਉਹਦੇ ਖਿਲਾਫ ਕੋਰਟ ਨੇ ਹੀ ਆਪਣਾ ਨਿਰਣੇ ਦਿੱਤਾ ਹੈਗਾ। ਔਰ ਜਿਹੜੇ ਇਹਨਾਂ ਦੇ ਨੇਤਾ ਆਪਣੇ ਆਪ ਨੂੰ ਕੱਟੜ ਇਮਾਨਦਾਰ ਹੋਣ ਦਾ ਦਾਅਵਾ ਕਰ ਰਹੇ ਨੇ ਉਹ ਅੱਜ ਉਹਨਾਂ ਤੇ ਵੀ ਵੱਡੇ ਵੱਡੇ ਪ੍ਰਸ਼ਨ ਜਿਹੜੇ ਹੈ ਉਹ ਬਾਣੀਯੋਗ ਅਦਾਲਤ ਨੇ ਲਗਾਏ ਹੈਗੇ ਨੇ। ਮੈਂ ਪ੍ਰਸ਼ਨ ਪੁੱਛਣਾ ਚਾਹੁੰਦਾ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਨੂੰ ਇਹਨਾਂ ਦੇ ਸੁਪਰੀਮੋ ਜਿਹੜੇ ਨੇ ਕੇਜਰੀਵਾਲ ਸਾਹਿਬ ਨੂੰ ਕਿ ਅੱਜ ਤੁਹਾਡੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੇ ਵੱਡੇ ਵੱਡੇ ਆਰੋਪ ਲੱਗ ਰਹੇ ਨੇ, ਤੁਸੀਂ ਬੋਲ ਨਹੀਂ ਰਹੇ, ਤੁਸੀਂ ਇੱਕ ਡਰਾਮਾ ਰਚਿਆ, ਵਿਜੇ ਸਿੰਗਲਾ ਜੀ ਨੂੰ ਆਪੇ ਤੁਹਾਡੀ ਪੰਜਾਬ ਦੀ ਸਰਕਾਰ ਨੇ ਉਹਦੇ ਤੇ ਆਪੇ ਐਫ ਆਈ ਆਰ ਕਰਾਈ ਔਰ ਉਹਨਾਂ ਨੂੰ ਅੰਦਰ ਕਰਾਇਆ, ਪਰ ਅੱਜ ਵਿਜੇ ਸਿੰਗਲਾ ਜੀ ਤੁਹਾਡੀਆਂ ਪਾਰਟੀਆਂ ਮੀਟਿੰਗਾਂ ਦੇ ਵਿੱਚ ਜਾ ਰਹੇ ਨੇ, ਕਿਆ ਉਹ ਬਿਲਕੁਲ ਹੁਣ ਦੁੱਧ ਧੋਤੇ ਹੋ ਗਏ ਹੈ? ਕਿਆ ਉਹਨਾਂ ਨੂੰ ਤੁਸੀਂ ਕੱਟੜ ਇਮਾਨਦਾਰ ਹੋਣ ਦਾ ਤਗਮਾ ਦੇ ਦਿੱਤਾ ਹੈਗਾ? ਔਰ ਅਜੇ ਦੋ ਦਿਨ ਤਿੰਨ ਦਿਨ ਪਹਿਲਾਂ ਤੁਹਾਡੇ ਇੱਕ ਮੰਤਰੀ ਨੇ ਤੁਹਾਡੀ ਕੈਬਨਿਟ ਦੇ ਫੌਜਾ ਸਿੰਘ ਸਰਾਰੀ ਜੀ ਉਹਨਾਂ ਦੀ ਇੱਕ ਆਡੀਓ ਘੁੰਮ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਆਪਡੇਟ ਕਰ ਲਿਆ ਕਿ ਮੇਰੀ ਆਵਾਜ਼ ਹੈਗੀ ਹੈ, ਤੁਸੀਂ ਅੱਜ ਤੱਕ ਬੋਲੇ ਹੀ ਨਹੀਂ, ਨਾ ਤੁਹਾਡੇ ਮਾਨਯੋਗ ਜਿਹੜੇ ਕੱਟੜ ਇਮਾਨਦਾਰ ਕੇਜਰੀਵਾਲ ਸਾਹਿਬ ਬੋਲੇ ਨੇ, ਨਾ ਹੀ ਤੁਹਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਬੋਲੇ ਨੇ। ਸੋ ਕੁਛ ਬੋਲੋ, ਕੁਛ ਕੁੰਡਾ ਖੋਲੋ, ਜਿਹੜਾ ਪੰਜਾਬੀਆਂ ਦਾ ਤੁਸੀਂ ਖੂਨ 6 ਮਹੀਨੇ 'ਚ ਚੂਸ ਕੇ ਪੰਜਾਬੀਆਂ ਨੂੰ ਅੱਜ ਉਹਨਾਂ ਨਾਲ ਧੋਖਾ ਕੀਤਾ, ਉਹਦੇ 'ਤੇ ਤੁਹਾਨੂੰ ਜਵਾਬ ਦੇਣਾ ਪੈਣਾ ਮਾਨ ਸਾਹਿਬ। ਆਮ ਆਦਮੀ ਪਾਰਟੀ ਦਾ ਜਿਹੜਾ ਮੋਹ ਭੰਗ ਅੱਜ ਪੰਜਾਬੀਆਂ ਨੇ ਕੀਤਾ ਉਹ ਪੰਜਾਬੀਆਂ ਤੋਂ ਤੁਹਾਡਾ ਜਿਹੜਾ ਮੋਹ ਭੰਗ ਪੰਜਾਬੀਆਂ ਦਾ ਮੋਹ ਭੰਗ ਤੁਹਾਡੇ ਤੋਂ ਹੋ ਚੁੱਕਿਆ, ਉਹਦੇ 'ਤੇ ਤੁਹਾਨੂੰ ਜਵਾਬ ਦੇਣਾ ਪੈਣਾ। ਤੁਸੀਂ ਇਹ ਬਿਨਾਂ ਮਤਲਬ ਦੇ ਜਿਹੜੇ ਰੋਜ਼ ਸ਼ੋਸ਼ੇ ਛੱਡ ਰਹੇ ਹੋ ਕਿ ਸਾਡੇ MLA ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੰਜਾਬ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਕੇਵਲ ਜਨਤਾ ਦਾ ਪੰਜਾਬੀਆਂ ਦਾ ਧਿਆਨ ਭਟਕਾਉਣ ਵਾਸਤੇ ਤੁਸੀਂ ਕਰ ਰਹੇ ਹੋ। ਸੋ ਤੁਹਾਡੇ ਤੇ ਕੋਰਟ ਨੇ ਬਹੁਤ ਵੱਡਾ ਪ੍ਰਸ਼ਨ ਲਗਾਇਆ ਹੈਗਾ। ਤੁਹਾਡੀ ਮਾਈਨਿੰਗ ਪਾਲਿਸੀ ਫੇਲ ਹੋ ਚੁੱਕੀ ਹੈ ਜਿਹੜੀ ਤੁਸੀਂ ਬਣਾਈ ਸੀ, ਹਾਈ ਕੋਰਟ ਨੇ ਉਹਦੇ 'ਤੇ ਰੋਕ ਲਗਾਈ ਹੈ, ਤੁਹਾਨੂੰ ਇਹ ਜਨਤਾ ਦੀ ਕਚਹਿਰੀ ਦੇ ਵਿੱਚ ਇਹਨਾਂ ਸਭ ਚੀਜ਼ਾਂ ਦਾ ਜਵਾਬ ਦੇਣਾ ਪੈਣਾ ਹੈਗਾ। Subscribe to our YouTube channel News DNN by clicking the bell icon. Don't forget to like, comment and share.